ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਤੋਂ ਬਚਾਅ ਲਈ ਕਰਫਿਊ ਲਗਾਇਆ ਹੋਇਆ ਹੈ, ਜਿਸ ਦੌਰਾਨ ਕਿਸੇ ਨੂੰ ਵੀ ਘਰਾਂ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਔਖੀ ਘੜੀ ਵਿੱਚ ਲੋੜਵੰਦ ਲੋਕਾਂ ਨੂੰ ਰਾਸ਼ਨ ਦੇਣ ਲਈ ਹਰਬੰਸ ਲਾਲ ਟੰਡਾ, ਮੋਹਿਤ ਟੰਡਾ, ਟੰਡਾ ਪੈਟਰੋਲ ਪੰਪ ਖੜੋਦੀ, ਮਾਨਵ ਟੰਡਾ ਵੱਲੋਂ ਵੀ ਉਪਰਾਲਾ ਕੀਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ 90 ਕਿੱਟਾਂ ਰਾਸ਼ਨ ਦੀਆਂ ਲੋੜਵੰਦ ਪਰਿਵਾਰਾਂ ਨੂੰ ਦੇਣ ਲਈ ਦਿੱਤੀਆਂ ਗਈਆਂ। ਇਹਨਾਂ ਵਿੱਚੋਂ 40 ਕਿੱਟਾਂ ਥਾਣਾ ਮੁਖੀ ਮਾਹਿਲਪੁਰ ਸੁਖਵਿੰਦਰ ਸਿੰਘ ਦੇ ਰਾਹੀਂ ਪ੍ਰਸ਼ਾਸਨ ਦੇ ਸਪੁਰਦ ਕੀਤੀਆਂ ਗਈਆਂ ਅਤੇ ਬਾਕੀ ਆਪ ਲੋੜਵੰਦ ਨੂੰ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਥਾਣਾ ਮੁਖੀ ਮਾਹਿਲਪੁਰ ਸੁਖਵਿੰਦਰ ਸਿੰਘ, ASI ਸੁਖਵਿੰਦਰ ਸਿੰਘ, ASI ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ HC, ਬਲਕਾਰ ਸਿੰਘ, ਜਗਤਾਰ ਸਿੰਘ ਸਮੇਤ ਪੂਰੀ ਟੀਮ ਨੂੰ ਉਹਨਾਂ ਦੀਆਂ ਅਣਥੱਕ ਅਤੇ ਨਿਸ਼ਕਾਮ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਬੰਸ ਲਾਲ ਟੰਡਾ ਨੇ ਕਿਹਾ ਕਿ ਕਰੋਨਾ ਵਾਇਰਸ ਤੋਂ ਨਿਜਾਤ ਪਾਉਣ ਲਈ ਡਾਕਟਰੀ ਸਟਾਫ ਦੇ ਨਾਲ ਨਾਲ ਪੰਜਾਬ ਪੁਲਿਸ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਪੰਜਾਬ ਪੁਲਿਸ ਦੇ ਜਵਾਨ ਦਿਨ ਰਾਤ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਸਾਡੇ ਲਈ ਡਿਊਟੀ ਦੇ ਰਹੇ ਹਨ। ਇਹਨਾਂ ਦੀ ਅਣਥੱਕ ਸੇਵਾ ਨੂੰ ਦੇਖਦੇ ਹੋਏ ਸਮੂਹ ਸਟਾਫ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਵਿੰਦਰ ਕੁਮਾਰ, ਕਪਿਲ ਕੌਸ਼ਲ, ਅਸ਼ੋਕ ਕੁਮਾਰ ਕੌਸ਼ਲ, ਇੰਦਰਜੀਤ ਸਿੰਘ ਕੈਨੇਡਾ, ਨਿਰਮਲ ਸਿੰਘ, ਸੇਵਾ ਸਿੰਘ ਭਾਟਾ, ਜੈਗੋਪਾਲ ਧੀਮਾਨ, ਬਖਸ਼ੀਸ਼ ਭੀਮ, ਜਰਨੈਲ ਸਿੰਘ, ਗੁਰਵਿੰਦਰ ਸਿੰਘ ਭਾਟਾ, ਕਾਲਾ ਭਾਟਾ, ਰਘਵੀਰ ਸਿੰਘ UAE, ਕੁਲਵੀਰ ਸਿੰਘ, ਗੁਲਾਮ ਮੁਹੰਮਦ ਹਾਜ਼ਰ ਸਨ। ਹਾਂਜੀ, ਮੈਂ ਮੋਹਿਤ ਟਾਂਡਾ, ਪੈਟਰੋਲ ਪੰਪ ਖੜੌਦੀ ਤੋਂ। ਅੱਜ ਕਰੋਨਾ ਵਾਇਰਸ ਦੇ ਚੱਲਦੇ ਆਪਾਂ 90 ਕਿੱਟਾਂ ਆਪਣੇ ਗਰੀਬ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਨੇ ਅਤੇ ਮਾਨਯੋਗ SHO ਸਾਹਿਬ ਸੁਖਵਿੰਦਰ ਸਿੰਘ ਜੀ ਉਹਨਾਂ ਦੇ ਰਾਹੀਂ 40 ਕਿੱਟਾਂ ਅਤੇ ਬਾਕੀ ਆਪਾਂ ਆਪ ਖੁਦ ਜਾ ਕੇ ਸਾਰਿਆਂ ਨੂੰ ਪ੍ਰੋਵਾਈਡ ਕਰਦੇ ਹਾਂ। ਅੱਜ SHO ਸਾਹਿਬ ਅਤੇ ਉਹਨਾਂ ਦੀ ਸਮੂਹ ਟੀਮ ਨੂੰ ਵਿਸ਼ੇਸ਼ ਤੌਰ 'ਤੇ ਆਪਾਂ ਸਨਮਾਨਿਤ ਕੀਤਾ ਹੈਗਾ, ਕਿਉਂਕਿ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਆ ਕਰੋਨਾ ਵਾਇਰਸ ਦੇ ਚੱਲਦੇ। ਆਪਣੇ ਵੱਲੋਂ ਇੱਕ ਬੇਨਤੀ ਕਰਦਾ ਹੈਗਾ ਕਿ ਆਪਾਂ ਸਿਰਫ ਇਹ ਕੋਸ਼ਿਸ਼ ਕਰਨੀ ਆ ਕਿ ਆਪਾਂ ਬਾਹਰ ਨਹੀਂ ਨਿਕਲਣਾ, ਕਿਉਂਕਿ ਬਹੁਤ ਜ਼ਿਆਦਾ ਹਾਲਾਤ ਮਾੜੇ ਆ ਔਰ ਆਪਾਂ ਇਸ ਚੀਜ਼ ਨੂੰ ਜਿੱਤਣਾ ਹੈਗਾ ਕਰੋਨਾ ਦੇ ਚੱਲਦੇ, ਅਤੇ ਆਪਾਂ ਬਸ ਘਰੋਂ ਬਾਹਰ ਨਹੀਂ ਨਿਕਲਣਾ। ਮੈਂ ਹਰਬੰਸ ਲਾਲ ਟਾਂਡਾ, ਟਾਂਡਾ ਫਿਲਿੰਗ ਸਟੇਸ਼ਨ ਖੜੌਦੀ ਅਤੇ ਮਾਨਵ ਫਿਲਿੰਗ ਸਟੇਸ਼ਨ ਬਿੰਜੋ ਵੱਲੋਂ ਇਹ ਜੋ ਕਰੋਨਾ ਵਾਇਰਸ ਦੀ ਮਹਾਂਮਾਰੀ ਫੈਲੀ ਹੋਈ ਆ ਸਾਰੇ ਸੰਸਾਰ ਦੇ ਵਿੱਚ, ਇਹਨੂੰ ਉਹਦੇ ਵਿੱਚ ਯੋਗਦਾਨ ਪਾਉਣ ਦੇ ਲਈ ਅੱਜ ਅਸੀਂ 90 ਕਿੱਟਾਂ SHO ਸਾਹਿਬ ਮਾਲਪੁਰ ਸੁਖਵਿੰਦਰ ਸਿੰਘ ਜੀ ਅਤੇ ਹੋਰ ਉਹਨਾਂ ਦੇ ਨਾਲ ਸਟਾਫ ਥਰੂ ਸਟਾਫ ASI ਅਤੇ ਕੁਝ ਹੋਰ ਪਿੰਡਾਂ ਦੇ ਪਤਵੰਤੇ ਸੱਜਣ ਅਤੇ ਖੜੌਦੀ ਪਿੰਡ ਦੀ ਪੰਚਾਇਤ ਅਤੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਕਿੱਟਾਂ ਪ੍ਰੋਵਾਈਡ ਕੀਤੀਆਂ ਗਈਆਂ ਹਨ, ਜੋ ਕਿ ਨਿਮਾਣੇ ਨਿਤਾਣੇ ਇਸ ਵੇਲੇ ਦਿਹਾੜੀਦਾਰ ਲੋਕ ਜੋ ਸਫ਼ਰ ਕਰ ਰਹੇ ਹਨ ਉਹਨਾਂ ਨੂੰ ਥੋੜ੍ਹੀ ਬਹੁਤੀ ਰਾਹਤ ਮਿਲੇਗੀ ਔਰ ਅੱਗੋਂ ਤੋਂ ਵੀ ਇਹ ਜਿਹੜਾ ਸਿਲਸਿਲਾ ਚੱਲਦਾ ਰਹੇਗਾ, ਅਸੀਂ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਵਾਂਗੇ ਔਰ ਤਨੋ ਮਨੋ ਧਨੋ ਹਰ ਤਰ੍ਹਾਂ ਪ੍ਰਸ਼ਾਸਨ ਦੇ ਨਾਲ ਖੜ੍ਹੇ ਹਾਂ ਔਰ ਜਦੋਂ ਵੀ ਕੋਈ ਸਾਨੂੰ ਪ੍ਰਸ਼ਾਸਨ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਉੱਪਰੋਂ ਮਦਦ ਦੀ ਲੋੜ ਪਈ ਅਸੀਂ ਹਮੇਸ਼ਾ ਪ੍ਰਸ਼ਾਸਨ ਦੇ ਨਾਲ ਉਹਨਾਂ ਦਾ ਸਾਥ ਦੇਵਾਂਗੇ ਅਤੇ ਅਸੀਂ ਅਕਾਲ ਪੁਰਖ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਇਸ ਬਿਮਾਰੀ ਨੂੰ ਜਲਦੀ ਤੋਂ ਜਲਦੀ
ਪਰਮਾਤਮਾ ਖਤਮ ਕਰੇ। ਔਰ ਜਿੰਨੇ ਵੀ ਫਰੰਟ ਪੇਜ 'ਤੇ ਚਾਹੇ ਉਹ ਪੁਲਿਸ ਡਿਪਾਰਟਮੈਂਟ ਆ, ਚਾਹੇ ਉਹ ਹੋਸਪਿਟਲਾਂ ਦੇ ਵਿੱਚ ਲੱਗੇ ਹੋਏ ਜਾਂ ਨਰਸਾਂ ਜਾਂ ਡਾਕਟਰ ਹਨ, ਜਿਹੜੇ ਵੀ ਫਰੰਟ ਪੇਜ 'ਤੇ ਇਹਦੇ ਨਾਲ ਲੜਦੇ ਹਨ, ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹਾਂ ਜਿਹੜੇ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਔਰ ਪਬਲਿਕ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਸਾਰਿਆਂ ਦਾ ਕਹਿਣਾ ਮੰਨਣ, ਪ੍ਰਸ਼ਾਸਨ ਦਾ ਕਹਿਣਾ ਮੰਨਣ, ਔਰ ਜੋ ਵੀ ਜ਼ਿਲ੍ਹੇ ਦੇ ਅਧਿਕਾਰੀਆਂ ਵੱਲੋਂ ਸਾਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਦੀ ਇੰਨ ਬਿੰਨ ਪਾਲਣਾ ਕਰਨੀ ਹੈ ਅਸੀਂ, ਔਰ ਸਾਰਿਆਂ ਦਾ ਆਪਾਂ ਸਾਥ ਦੇਣਾ, ਰਲ ਕੇ ਇਸ ਲੜਾਈ ਨੂੰ ਜਿੱਤਣਾ ਆ ਔਰ ਇਸ ਨੂੰ ਅਸੀਂ ਹਰਾਉਣਾ ਆ। ਅਤੇ ਅੱਗੇ 'ਤੇ ਵੀ ਅਸੀਂ ਸਾਰੇ ਰਲ ਕੇ ਇਹਨੂੰ, ਜਿੰਨੇ ਵੀ ਸਾਡੇ ਭਰਾ ਹਨ ਜੋ ਇਹਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹਨ, ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਇਸ ਵੇਲੇ ਸੇਵਾ ਦਾ ਮੌਕਾ ਆ, ਇਨਸਾਨ ਦੀ ਸੇਵਾ ਕਰਨਾ ਇਹੀ ਸਭ ਤੋਂ ਵੱਡਾ ਧਰਮ ਆ, ਕਿਉਂਕਿ ਅਸੀਂ ਆਪਣੇ ਲਈ ਤਾਂ ਸਾਰੀ ਦੁਨੀਆ ਕਰਦੀ ਆ, ਔਰ ਜਿਹੜਾ ਅਸੀਂ ਦੂਸਰਿਆਂ ਦੇ ਲਈ ਕਰਨਾ ਹੈ ਉਹੀ ਇਨਸਾਨੀਅਤ ਦਾ ਇੱਕ ਹਿੱਸਾ ਹੈ। ਇਸ ਕਰਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੰਮ ਕਰਨਾ ਹੈ। ਆਪਣੇ ਵੱਲੋਂ ਕੁਝ ਹੋਰ ਵਿਚਾਰ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਕਿ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਮਾਨਦਾਰੀ ਨਾਲ ਸਾਰਿਆਂ ਨੇ ਕੰਮ ਕਰਨਾ, ਕਿਉਂਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਫਿਰ ਹੀ ਸਾਨੂੰ ਉਹਦੇ ਵਿੱਚੋਂ ਇੱਕ ਕਿਣਕਾ ਮਿਲ ਸਕਦਾ ਹੈ। ਇਸ ਕਰਕੇ ਕਾਸਟ ਐਂਡ ਕਲਰ, ਹਾਈ ਐਂਡ ਲੋ, ਰਿਚ ਐਂਡ ਪੂਅਰ, ਉੱਚਾ ਨੀਵਾਂ, ਅਮੀਰ ਗਰੀਬ, ਸਾਰੀਆਂ ਵੱਟਾਂ ਨੂੰ ਆਪਾਂ ਤੋੜ ਕੇ ਸਾਰਿਆਂ ਨੇ ਇਕੱਠੇ ਹੋ ਕੇ ਸਮਾਜ ਦੀ ਸੇਵਾ ਕਰਨੀ ਆ, ਇਸ ਬਿਮਾਰੀ ਨੂੰ ਆਪਾਂ ਜੜੋਂ ਖਤਮ ਕਰਨਾ, ਅਤੇ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣਾ ਔਰ 1 ਮੀਟਰ ਦਾ ਫਾਸਲਾ ਰੱਖਣਾ, ਜੋ ਵੀ ਸਾਨੂੰ ਸਰਕਾਰ ਦੇ ਆਦੇਸ਼ ਆਉਂਦੇ ਹਨ ਉਹਨਾਂ ਦੀ ਅਸੀਂ ਇੰਨ ਬਿੰਨ ਪਾਲਣਾ ਕਰਨੀ ਆ। ਅਤੇ ਜਿਹੜੇ ਮੇਰੇ ਵੀਰ ਇੱਧਰ ਉੱਧਰ ਘੁੰਮ ਰਹੇ ਹਨ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਕਿਰਪਾ ਕਰਕੇ ਪ੍ਰਸ਼ਾਸਨ ਦਾ ਕਹਿਣਾ ਮੰਨਣ, ਅਤੇ ਆਪਣੇ ਪਿੰਡਾਂ ਦੇ ਪੰਚ ਸਰਪੰਚ ਜੋ ਵੀ ਉਹ ਗਾਈਡਲਾਈਨ ਦਿੰਦੇ ਹਨ ਉਹਨਾਂ ਸਾਰਿਆਂ ਦੀ ਆਪਾਂ ਪਾਲਣਾ ਕਰਨੀ, ਤਾਂ ਹੀ ਅਸੀਂ ਇਸਨੂੰ ਭਿਆਨਕ ਬਿਮਾਰੀ ਨੂੰ ਖਤਮ ਕਰ ਸਕਦੇ ਹਾਂ। ਅਤੇ ਪਰਮਾਤਮਾ ਦਾ ਹਰ ਟਾਈਮ ਸਿਮਰਨ ਕਰਨਾ, ਕਿਉਂਕਿ ਇਹ ਬਿਮਾਰੀਆਂ ਤਾਂ ਆਉਂਦੀਆਂ ਹਨ ਕਿ ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ, ਖਿਨਵੇਂ ਕੌੜੇ ਹੋ ਗਏ ਜਿਤਨੇ ਮਾਇਆ ਭੋਗ। ਜਦੋਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਉਹਦੇ ਨਾਲ ਅਸੀਂ ਟੱਕਰ ਲੈਂਦੇ ਹਾਂ, ਕਿਉਂਕਿ ਜੋ ਵੀ ਕਾਇਨਾਤ ਹੈ ਇਹ ਸਾਰੀ ਪਰਮਾਤਮਾ ਦੀ ਰਚਨਾ ਕੀਤੀ ਹੋਈ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ, ਦੀਪ ਖੰਡ ਪਤਾਲ ਸਭ ਲੋਹਾ, ਕਾਲੇ ਕੇ ਵਸ ਆਪ ਪ੍ਰਭੂ ਕੀ ਆ। ਕਿਉਂਕਿ ਜਿੰਨੇ ਵੀ ਖੰਡ ਬ੍ਰਹਿਮੰਡ, ਇਹ ਕਾਇਨਾਤ, ਧਰਤੀ, ਆਕਾਸ਼ ਅਤੇ ਪਤਾਲ, ਇਹ ਸਾਰੀ ਰਚਨਾ ਪਰਮਾਤਮਾ ਨੇ ਕੀਤੀ ਹੈ। ਇਸ ਕਰਕੇ ਆਪਾਂ ਇਹਦੀ ਹੋਂਦ ਨੂੰ, ਇਹਨੂੰ ਅਸੀਂ ਬਚਾ ਕੇ ਰੱਖਣਾ ਹੈ, ਕਿਉਂਕਿ ਪਰਮਾਤਮਾ ਚਾਹੁੰਦਾ ਹੈ ਕਿ ਮੇਰਾ ਜਿਹੜਾ ਰਚਨਾ ਕੀਤੀ ਉਹ ਮੇਰਾ ਦੇਸ਼ ਹਰਾ ਭਰਾ ਰਹੇ, ਅਤੇ ਸਾਡਾ ਸਾਰਿਆਂ ਨਾਲ ਅਸੀਂ ਆਪਣੇ ਇੱਕ ਦੂਜੇ ਨਾਲ ਪਿਆਰ ਕਰਨਾ ਹੈ, ਆਂਢੀਆਂ ਗੁਆਂਢੀਆਂ ਨਾਲ ਪਿਆਰ ਕਰਨਾ ਹੈ, ਸਮਾਜ ਨਾਲ ਪਿਆਰ ਕਰਨਾ ਹੈ। ਲਵ ਟੂ ਆਲ।